ਫਿਲੌਰ ਪੁਲਿਸ ਤੇ ਐਸਟੀਐਫ ਵੱਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਇੱਕ ਵਿਅਕਤੀ ਨੂੰ ਤੇਹਿੰਗ ਰੋਡ ਤੇ ਜਦ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤਾਂ ਉਸ ਕੋਲੋਂ 205 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਬਾਬਤ ਏਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਮੱਖਣ ਰਾਮ ਪੁੱਤਰ ਦਰਸ਼ਨ ਰਾਮ ਵਾਸੇ ਪਿੰਡ ਗੜਪੋੜ ਥਾਣਾ ਮੁਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ। ਇਸ ਵਿਅਕਤੀ ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਨਸ਼ਿਆਂ ਦੇ 11 ਪਰਚੇ ਦਰਜ ਹਨ ਤੇ ਹੁਣ ਇਸ ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਕੰਦਪੁਰ 'ਚ ਪੈਂਦਾ, ਇਹਦੇ ਪਾਸੋਂ ਕੱਲ੍ਹ ਗਸ਼ਤ ਦੌਰਾਨ ਸ਼ਾਮ ਨੂੰ ਡਿਗਰੇ ਲੱਗ ਗਏ, ਉਹਦੇ ਕੋਲ 205 ਗੋਲੀਆਂ ਐਲਪਰੈਕਸ ਦੀਆਂ ਫੜੀਆਂ, ਐਲਪਰਾ ਜ਼ੁਲਮ ਠੀਕ ਹੈ, ਉਹ ਇਹਦੇ ਕੋਲ ਫੜੀਆਂ ਗਈਆਂ। ਇਹ ਗੋਲੀਆਂ ਤਾਂ ਵੇਚਦਾ ਵੀ ਸੀਗਾ, ਖਾਂਦਾ ਵੀ, ਆਪ ਵੀ ਖਾਂਦਾ। ਇਹਦੇ ਖਿਲਾਫ਼ 22/85 ਐਂਟੀਬਾਇਓਟਿਕ ਦਾ ਮੁਕੱਦਮਾ ਦਰਜ ਕਰਤਾ ਕੱਲ੍ਹ ਸ਼ਾਮ ਨੂੰ।